ਜਿਹੜਾ ਸਾਡਾ ਕਿਸੇ ਬੰਦੀ ਸਿੰਘਾਂ ਨੂੰ ਰਿਹਾਈ ਦਾ ਉਹਨਾਂ ਦਾ ਬਿਆਨ ਆ, ਜਿਹੜਾ ਕੰਮ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਉਹ ਹੋਣਾ ਹੀ ਚਾਹੀਦਾ। ਰਾਜਨੀਤੀ ਰੋਟੀਆਂ ਸੇਕਣ ਲਈ ਨਹੀਂ ਹੋਣਾ ਚਾਹੀਦਾ, ਢਿੱਡੋਂ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ। ਜੇ ਬੰਦੀ ਸਿੰਘਾਂ ਦਾ ਟਾਈਮ ਪੂਰਾ ਹੋ ਗਿਆ, ਉਹਨਾਂ ਨੇ ਆਪਣਾ ਉਨੀ ਉਹਨਾਂ ਨੂੰ ਜੋ ਕਾਨੂੰਨੀ ਮਿਲਣੀ ਚਾਹੀਦੀ ਆ, ਇਜਾਜ਼ਤ ਕਿਉਂ ਨਹੀਂ ਮਿਲੂਗੀ? ਪਰ ਸਿਆਸੀ ਰੋਟੀਆਂ ਸੇਕਣ ਲਈ ਮਨ 'ਚ ਕੁਛ ਹੋਰ ਹੋਵੇ, ਨੀਅਤ ਕੁਛ ਹੋਰ ਹੋਵੇ ਅਤੇ ਨੀਤੀ ਕੋਈ ਹੋਰ ਹੋਵੇ, ਉਹੋ ਜਿਹਾ ਨਾ ਬਣਾ ਕੇ ਕਰਨ, ਨੀਅਤ ਅਤੇ ਨੀਤੀ ਨਾ ਕਰਨ, ਜੋ ਹੋਊਗਾ ਵਧੀਆ ਹੋਊਗਾ। ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸਰ ਇੱਦਾਂ ਦੇ ਬਿਆਨ ਬਿੱਟੂ ਜਿਹਨੇ ਪਹਿਲਾਂ ਵੀ ਦਿੱਤੇ, ਵਿਰੋਧੀਆਂ ਨੇ ਇਹ ਕਿਹਾ ਵੀ ਆਪਣੇ ਬਿਆਨ 'ਤੇ ਖਰੇ ਉਤਰਨਗੇ ਕਿ ਨਹੀਂ ਉਤਰਨਗੇ? ਦੇਖੋ, ਤਾਂ ਹੀ ਤਾਂ ਮੈਂ ਕਹਿ ਰਿਹਾ ਤੁਹਾਡੇ ਰਾਹੀਂ ਬਈ ਨੀਅਤ ਅਤੇ ਨੀਤੀ 'ਚ ਫਰਕ ਨਹੀਂ ਹੋਣਾ ਚਾਹੀਦਾ। ਨੀਅਤ ਨਾਲ ਕੰਮ ਕਰਨ ਜੇ ਬਿੱਟੂ ਜੀ ਨੇ ਕਰਨਾ ਵਾ, ਹੁਣ ਤਾਂ ਕੇਂਦਰ 'ਚ ਬੈਠੇ ਆ, ਜੇ ਹੁਣ ਨੀਅਤ ਦੇ ਵਿੱਚ ਤੁਹਾਡੀ 'ਚ ਫਰਕ ਆ, ਕਹਿਣਾ ਕੁਛ ਹੋਰ ਹੋਵੇ ਅਤੇ ਕਰਨਾ ਕੁਛ ਹੋਰ ਹੋਵੇ, ਉਹ ਕੰਮ ਨਹੀਂ। ਹੁਣ ਲੋਕ ਜਾਣ ਚੁੱਕੇ ਆ, ਇਸ ਕਰਕੇ ਜਿਹੜਾ ਕੰਮ ਆ ਨੀਅਤ ਅਤੇ ਨੀਤੀ ਨਾਲ ਕਰੇ। ਸਰ ਅੰਮ੍ਰਿਤਪਾਲ ਜੀ ਡਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਆ, ਲੇਕਿਨ ਅੱਜ ਬਿੱਟੂ ਜੀ ਨੇ ਬਿਆਨ ਦਿੱਤਾ ਵੀ ਉਹਨਾਂ ਦੇ ਪਰਿਵਾਰ ਨੂੰ ਮਿਲਾਂਗੇ। ਦੇਖੋ, ਚੰਗੀ ਗੱਲ ਆ ਇਹ 'ਚ, ਮਾੜੀ ਗੱਲ ਕੀ ਆ? ਅੰਮ੍ਰਿਤਪਾਲ ਜੀ ਦਾ ਪਰਿਵਾਰ ਸਾਡਾ ਹੀ ਪਰਿਵਾਰ ਆ, ਉਹ ਕਿਹੜਾ ਸਾਡਾ ਹੀ ਪਰਿਵਾਰ ਆ ਉਹ। ਅੰਮ੍ਰਿਤਪਾਲ ਜੀ ਦਾ ਕੋਈ ਪਰਿਵਾਰ ਵਿਦੇਸ਼ਾਂ ਵਾਲਾ ਪਰਿਵਾਰ ਤਾਂ ਹੈ ਨਹੀਂ, ਸਾਡਾ ਹੀ ਪਰਿਵਾਰ ਆ। ਮਿਲਣਾ ਉਹਨੂੰ ਵਧੀਆ ਗੱਲ ਆ, ਮਾਂ ਅਤੇ ਭੈਣ ਨੂੰ ਜਾਂ ਪਿਓ ਨੂੰ ਜਾਂ ਬਾਪ ਨੂੰ ਜਾਂ ਭਰਾਵਾਂ ਨੂੰ ਮਿਲਣਾ ਕੋਈ ਗੁਨਾਹ ਤਾਂ ਹੈ ਨਹੀਂ ਗਾ, ਵਧੀਆ ਗੱਲ ਆ। ਮਿਲੋ, ਸਾਡਾ ਪਰਿਵਾਰ ਆ, ਮਿਲਣਾ ਚਾਹੀਦਾ ਉਹਨਾਂ ਨੂੰ। ਵੀ ਰਾਜਨੀਤੀ ਬਿਆਨ ਨੇ ਜਿਹੜੇ, ਦੇਖੋ ਮੈਂ ਪਹਿਲਾਂ ਤੁਹਾਨੂੰ ਵੀ ਦੱਸ ਚੁੱਕਿਆ ਬਈ ਨੀਅਤ ਅਤੇ ਨੀਤੀ 'ਚ ਨਹੀਂ ਫਰਕ ਹੋਣਾ ਚਾਹੀਦਾ ਬੰਦੇ ਦੀ। ਜੇ ਤਾਂ ਰਾਜਨੀਤੀ ਰੋਟੀਆਂ ਸੇਕਣ ਲਈ ਇਹੋ ਜਿਹੇ ਬਿਆਨ ਨੇ, ਪਰ ਆਹ ਜਿਹੜੀ ਐਟ ਏ ਟਾਈਮ ਟਵਿਸਟ ਕਰਨ ਵਾਲੀ ਗੱਲ ਆ ਨਾ, ਕੱਲ੍ਹ ਤਾਂ ਉਹੀ ਅੰਮ੍ਰਿਤਪਾਲ ਸੀ, ਉਹੀ ਬੰਦੀ ਸਿੰਘ ਸੀਗੇ, ਬਿੱਟੂ ਜੀ ਉਹਨਾਂ ਦੇ ਹੋਰ ਬਿਆਨ ਸੀਗੇ। ਜੇ ਅੱਜ ਉਹ ਇਹੋ ਜਿਹੇ, ਸਾਨੂੰ ਤਾਂ ਚੰਗੇ ਲੱਗੇ ਉਹਨਾਂ ਦੇ ਬਿਆਨ, ਵਧੀਆ ਗੱਲ ਆ। ਜੇ ਉਹ ਕਹਿੰਦੇ ਆ ਬੰਦੀ ਸਿੰਘਾਂ ਨੂੰ ਰਿਹਾਈ ਲਈ, ਵਧੀਆ ਗੱਲ ਆ, ਅਸੀਂ ਕਹਿੰਦੇ ਹਾਂ ਵਧੀਆ ਬਿਆਨ ਆ ਉਹਨਾਂ ਦੇ। ਕੰਗਣਾ ਦੇ ਵੀ ਹੱਕ ਦੇ ਵਿੱਚ ਵੀ ਕਿਹਾ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਦੋਸ਼ੀ ਹੋਇਆ ਉਸ ਮਾਮਲੇ 'ਚ ਸਜ਼ਾ ਮਿਲੇਗੀ। ਦੇਖੋ, ਗੱਲ ਸੁਣੋ ਮੇਰੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਸਿਆਸਤ ਦੇ ਵਿੱਚ ਉਹ ਸਿਆਸਤ ਨਾ ਕਰੋ, ਸਿਆਸਤ ਨੇ ਅੱਗੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ। ਪੰਜਾਬ 'ਤੇ ਰਹਿਮ ਕਰੋ, ਜਿਹੜਾ ਲੋਕ ਪੰਜਾਬ ਦੇ ਪ੍ਰਤੀ ਸਿਆਸਤ ਦੀ ਤੌਰ ਦੇ ਉੱਤੇ ਸੋਚਦੇ ਆ, ਪੰਜਾਬ ਦੀ ਧਰਤੀ 'ਤੇ ਰਹਿਮ ਕਰੋ। ਪੰਜਾਬ ਨੇ ਅੱਗੇ ਬਹੁਤ ਕਸ਼ਟ ਭੋਗਿਆ ਵਾ। ਪੰਜਾਬ ਦੀ ਧਰਤੀ ਨੂੰ, ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ, ਉਹਨੂੰ ਉੱਦਾਂ ਹੀ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਆ। ਪਰ ਸਿਆਸੀ ਰੋਟੀਆਂ ਸੇਕਣ ਲਈ ਮਨ 'ਚ ਕੁਛ ਹੋਰ ਹੋਵੇ, ਨੀਅਤ ਕੁਛ ਹੋਰ ਹੋਵੇ ਅਤੇ ਨੀਤੀ ਕੋਈ ਹੋਰ ਹੋਵੇ, ਉਹੋ ਜਿਹਾ ਨਾ ਬਣਾ ਕੇ ਕਰਨ, ਨੀਅਤ ਅਤੇ ਨੀਤੀ ਨਾ ਕਰਨ, ਜੋ ਹੋਊਗਾ ਵਧੀਆ ਹੋਊਗਾ। ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ।